أعوذ بالله من الشيطان الرجيم. بسم الله الرحمن الرحيم. طا سين ميم. اینے گلاں کتاب روشن دیاں. اے حبیب، شاید تسی مار دیو جان اپنی نو اس غم نال جو نہیں مندے. جے اسی چاہیے اتار لئیے انہاں اُتے آسمانوں نشانی، پھر رہ جان گردنا انہاں دیاں اس اگے نیویاں، ਤੇ ਨਹੀਂ ਪਹੁੰਚਦੀ ਉਹਨਾਂ ਨੂੰ ਕੋਈ ਨਸੀਹਤ ਰਹਿਮਾਨ ਵੱਲੋਂ ਨਵੀਂ, ਪਰ ਰਹਿੰਦੇ ਨੇ ਉਸ ਤੋਂ ਮੂੰਹ ਮੋੜਦੇ. ਸੋ ਜਦ ਝੁਠਲਾ ਚੁੱਕੇ ਨੇ, ਹੁਣ ਮਲੂਮ ਹੋ ਜਾਏਗੀ ਨੇ ਹਕੀਕਤ ਉਸ ਵਾਅਦੇ ਦੀਆਂ ਖਬਰਾਂ ਦੀ ਜਿਸ ਨੂੰ ਮਖੌਲ ਕਰਦੇ ਸਨ. ਭਲਾ ਤੇ ਡਿੱਠਾ ਨਹੀਂ ਨੇ ਜ਼ਮੀਨ ਵੱਲ, ਕਿਤਨੀ ਉਗਾਈ ਉਸ ਵਿੱਚ ਅਸਾਂ ਹਰ ਜਿਨਸ ਦੀ ਰੌਣਕ ਦੀ ਚੀਜ਼. ਜ਼ਰੂਰ ਇਸ ਵਿੱਚ ਨਿਸ਼ਾਨੀ ਤੇ ਨਹੀਂ ਹੈਣ ਬਹੁਤੇ ਉਹਨਾਂ ਦੇ ਮੰਨਣ ਵਾਲੇ. ਤੇ ਜ਼ਰੂਰ ਇਹੋ ਹੀ ਹੈ ਤੇਰਾ ਰੱਬ, ਜ਼ਬਰਦਸਤ ਵੀ, ਬਹੁਤ ਤਰਸ ਕਰਨ ਵਾਲਾ ਵੀ, ਯਾਨੀ ਨਾ ਮੰਨਣ ਉੱਤੋਂ ਸ਼ਤਾਬੀ ਅਜ਼ਾਬ ਨਹੀਂ ਭੇਜਦਾ. ਤੇ ਜਦ ਆਵਾਜ਼ ਕੀਤੀ ਤੇਰੇ ਰੱਬ ਨੇ ਮੂਸਾ ਨੂੰ, ਭਈ ਜਾ ਜ਼ਾਲਮਾਂ ਲੋਕਾਂ ਕੋਲ, ਫਿਰਾਉਣ ਦੀ ਕੌਮ ਵੱਲ, ਉਹ ਕਿਉਂ ਨਹੀਂ ਡਰਦੇ? ਆਖਿਓ ਸੁ ਮੇਰਾ ਰੱਬਾ, ਮੈਂ ਜ਼ਰੂਰ ਡਰਨਾ ਜੋ ਝੁਠਲਾ ਦੇਣਗੇ ਮੈਨੂੰ. ਤੇ ਤੰਗ ਹੁੰਦਾ ਸੀਨਾ ਮੇਰਾ, ਤੇ ਨਹੀਂ ਤੁਰਦੀ ਜ਼ੁਬਾਨ ਮੇਰੀ. ਸੋ ਪੈਗੰਬਰੀ ਭੇਜ ਹਾਰੂਨ ਵੱਲ ਵੀ, ਉਹਨਾਂ ਦਾ ਮੇਰੇ ਸਿਰ ਇੱਕ ਗੁਨਾਹ ਹੈ. ਸੋ ਮੈਂ ਡਰਨਾ ਜੋ ਖੂਨ ਕਰ ਦੇਣਗੇ ਮੇਰਾ. ਫਰਮਾਇਆ ਇੰਜ ਨਹੀਂ. ਸੋ ਜਾਓ ਦੋਵੇਂ ਸਾਡੀਆਂ ਨਿਸ਼ਾਨੀਆਂ ਲੈ ਕੇ, ਅਸੀਂ ਨਾਲ ਹਾਂ ਤੁਹਾਡੇ ਸੁਣਨ ਵਾਲੇ. ਸੋ ਜਾਓ ਦੋਵੇਂ ਫਿਰਾਉਣ ਕੋਲ, ਫਿਰ ਆਖੋ ਅਸੀਂ ਪੈਗਾਮ ਲਿਆਏ ਹਾਂ ਸਾਰੇ ਜੱਗ ਦੇ ਰੱਬ ਦਾ, ਭਾਈ ਭੇਜਦੇ ਸਾਡੇ ਨਾਲ ਬਣੀ ਇਸਰਾਈਲ ਨੂੰ. ਆਖਣ ਲੱਗਾ, ਭਲਾ ਨਹੀਂ ਪਾ ਲਿਆ ਅਸਾਂ ਤੈਨੂੰ ਆਪਣੇ ਘਰ ਵਿੱਚ ਨਿੱਕੇ ਹੁੰਦੇ ਨੂੰ, ਤੇ ਰਿਹਾ ਹੈ ਸਾਡੇ ਵਿੱਚ ਆਪਣੀ ਉਮਰ ਵਿੱਚੋਂ ਕਈ ਵਰੇ, ਕਰ ਗਏ ਕਰਤੂਤ ਆਪਣੀ, ਉਹ ਜਿਹੜੀ ਕਰ ਗਏ, ਯਾਨੀ ਇੱਕ ਫਲੌਨੀ ਦਾ ਖੂਨ, ਤੇ ਤੂੰ ਹੈ ਨਾ ਸ਼ੁਕਰਿਆਂ ਵਿੱਚੋਂ. ਆਖੇ ਸੂ ਮੈਂ ਉਹ ਕੀਤੀ ਸੀ ਤਦੋਂ, ਤੇ ਮੈਂ ਸਾਂ ਉੱਕ ਜਾਣ ਵਾਲਿਆਂ ਵਿੱਚੋਂ, ਫਿਰ ਨੱਸ ਗਿਆ ਮੈਂ ਤੁਸਾਂ ਤੋਂ ਜਦ ਮੈਂ ਡਰਿਆ ਤੁਸਾਂ ਤੋਂ, ਫਿਰ ਬਖਸ਼ਿਆ ਮੈਨੂੰ ਮੇਰੇ ਰੱਬ ਨੇ ਹੁਕਮ, ਤੇ ਬਣਾਇਆ ਮੈਨੂੰ ਪੈਗੰਬਰਾਂ ਵਿੱਚੋਂ. ਤੇ ਇਹ ਕੀ ਅਹਿਸਾਨ ਹੈ ਜਿਹੜਾ ਚੜ੍ਹਨਾ ਮੇਰੇ ਸਿਰ, ਉਹਦੀ ਹਕੀਕਤ ਇਹ ਹੈ ਜੇ ਗੁਲਾਮ ਬਣਾ ਲਿਆ ਸੀ ਤੂੰ ਬਣੀ ਇਸਰਾਈਲ ਨੂੰ. ਆਖਿਆ ਫਿਰਾਉਨ ਨੇ, ਤੇ ਕੀ ਹੈ ਰੱਬ ਸਾਰੇ ਜੱਗ ਦਾ? ਆਖਿਓ ਸੂ ਰੱਬ ਅਸਮਾਨਾਂ ਤੇ ਜ਼ਮੀਨ ਦਾ, ਤੇ ਜੋ ਵਿਚਕਾਰ ਹੈ ਉਹਨਾਂ ਦੇ, ਜੇ ਤੁਸੀਂ ਯਕੀਨ ਕਰਨ ਵਾਲੇ ਹੋ. ਆਖਣ ਲੱਗਾ ਆਪਣੇ ਦੁਆਲੇ ਦਿਆਂ ਨੂੰ, ਭਲਾ ਸੁਣਦੇ ਹੋ? ਮੂਸਾ ਆਖਿਆ, ਰੱਬ ਤੁਸਾਂ ਦਾ ਵੀ, ਤੇ ਰੱਬ ਤੁਸਾਂ ਦੇ ਪਿਓ ਦਾਦਿਆਂ ਅਗਲਿਆਂ ਦਾ ਵੀ. ਫਿਰਾਉਣ ਆਖਣ ਲੱਗਾ, ਜ਼ਰੂਰ ਪੈਗੰਬਰ ਤੁਹਾਡਾ ਜਿਹੜਾ ਭੇਜਿਆ ਗਿਆ ਤੁਸਾਂ ਵੱਲ, ਜ਼ਰੂਰ ਚੱਲਾ ਹੈ. ਮੂਸਾ ਆਖਿਆ, ਰੱਬ ਚੜ੍ਹਦੇ ਤੇ ਲਹਿੰਦੇ ਦਾ, ਤੇ ਜੋ ਵਿਚਕਾਰ ਹੈ ਉਹਨਾਂ ਦੇ, ਜੇ ਤੁਸੀਂ ਸਮਝਦੇ ਹੋ. ਫਿਰਾਉਣ ਆਖਣ ਲੱਗਾ, ਜੇ ਪਗੜਿਓ ਹੀ ਹੋਰ ਮਬੂਦ ਸਵਾਹ ਮੇਰੇ, ਤਾਂ ਮੈਂ ਜ਼ਰੂਰ ਕਰ ਦਿਆਂਗਾ ਤੈਨੂੰ ਕੈਦੀਆਂ ਵਿੱਚੋਂ. ਮੂਸਾ ਆਖਿਆ, ਭਲਾ ਤੇ ਭਾਵੇਂ ਲਿਆਂਦੀ ਹੋਵੇ ਮੈਂ ਤੇਰੇ ਕੋਲ ਇੱਕ ਚੀਜ਼ ਸਾਫ਼ ਦੱਸਣ ਵਾਲੀ. ਆਖਣ ਲੱਗਾ, ਤਾਂ ਲਿਆ ਹੋ ਜੇ ਤੂੰ ਸੱਚਿਆਂ ਵਿੱਚੋਂ ਹੈ. ਫਿਰ ਸੁੱਟ ਦਿੱਤੀ ਸੀ ਲਾਠੀ ਆਪਣੀ, ਤਾਂ ਉਸੇ ਵੇਲੇ ਉਹ ਨਾਂਗ ਬਣ ਗਈ ਖੁੱਲ੍ਹਾ ਖੁੱਲ੍ਹਾ, ਅਤੇ ਕੱਢਿਓ ਸੀ ਹੱਥ ਆਪਣਾ, ਤਾਂ ਉਸੇ ਵੇਲੇ ਉਹ ਚਮਕਦਾ ਸੀ ਵੇਖਣ ਵਾਲਿਆਂ ਲਈ. ਆਖਣ ਲੱਗਾ ਆਪਣੇ ਦੁਆਲੇ ਦੇ ਸਰਦਾਰਾਂ ਨੂੰ, ਇਹ ਜ਼ਰੂਰ ਜਾਦੂਗਰ ਸਿੱਖਿਆ ਹੋਇਆ, ਚਾਹੁੰਦਾ ਹੈ ਜੋ ਕੱਢ ਦੇ ਤੁਹਾਨੂੰ ਤੁਹਾਡੇ ਦੇਸ਼ੋਂ ਆਪਣੇ ਜਾਦੂ ਨਾਲ. ਸੋ ਤੁਸੀਂ ਕੀ ਹੁਕਮ ਕਰਦੇ ਹੋ? ਆਖਿਓ ਨੇ, ਢਿੱਲ ਦੇ ਇਸ ਨੂੰ ਅਤੇ ਇਸ ਦੇ ਭਰਾ ਨੂੰ, ਅਤੇ ਭੇਜ ਸ਼ਹਿਰਾਂ ਵਿੱਚ ਸਿਪਾਹੀ ਇਕੱਠਾ ਕਰਨ ਵਾਲੇ, ਲੈ ਆਉਣ ਤੇਰੇ ਕੋਲ ਹਰ ਇੱਕ ਬੜੇ ਜਾਦੂਗਰ ਸਿੱਖੇ ਹੋਏ ਨੂੰ. ਫਿਰ ਇਕੱਠੇ ਕੀਤੇ ਗਏ ਜਾਦੂਗਰ ਵਕਤ ਦਿਨ ਮੁਕਰਰ ਦੇ, ਅਤੇ ਆਖਿਆ ਗਿਆ ਲੋਕਾਂ ਨੂੰ, ਭਲਾ ਤੁਸੀਂ ਵੀ ਇਕੱਠੇ ਹੋ ਜਾਓ, ਸ਼ਾਇਦ ਅਸੀਂ ਤਾਬੇ ਹੋ ਜਾਈਏ ਜਾਦੂਗਰਾਂ ਦੇ, ਜੇ ਉਹ ਹੀ ਹੋਏ ਜਿੱਤ ਜਾਣ ਵਾਲੇ. ਫਿਰ ਜਦ ਆਏ ਜਾਦੂਗਰ, ਆਖਿਓ ਨੇ ਫਿਰਾਉਣ ਨੂੰ, ਭਲਾ ਅਸਾਂ ਲਈ ਕੁਝ ਮਜ਼ਦੂਰੀ ਵੀ ਹੈ ਜੇ ਅਸੀਂ ਹੋਈਏ ਜਿੱਤ ਜਾਣ ਵਾਲੇ? ਆਖਿਓ ਸੂ ਹਾਂ, ਤੇ ਜ਼ਰੂਰ ਤੁਸੀਂ ਤਦੋਂ ਨੇੜੇ ਢੋਇਆ ਹੋਇਆਂ ਵਿੱਚੋਂ ਹੋ ਜਾਓਗੇ. ਆਖਿਆ ਉਹਨਾਂ ਨੂੰ ਮੂਸਾ ਨੇ, ਸੁੱਟੋ ਜੋ ਤੁਸਾਂ ਸੁੱਟਣਾ ਹੈ. ਫਿਰ ਸੁੱਟ ਦਿੱਤੀ ਉਹਨੇ ਰੱਸੀਆਂ ਆਪਣੀਆਂ ਅਤੇ ਸੋਟੀਆਂ ਆਪਣੀਆਂ, ਅਤੇ ਆਖਿਓ ਨੇ, ਸਹੁੰ ਫਿਰਾਉਣ ਦੀ ਬਜ਼ੁਰਗੀ ਦੀ, ਜ਼ਰੂਰ ਅਸੀਂ ਹੀ ਜਿੱਤਾਂਗੇ. ਫਿਰ ਸੁੱਟ ਦਿੱਤਾ ਮੂਸਾ ਨੇ ਸੋਟਾ ਆਪਣਾ,
ਫਿਰ ਤਦੋਂ ਹੀ ਉਹ ਨਿਕਲਦਾ ਗਿਆ ਉਹਨਾਂ ਦੇ ਝੂਠੇ ਜੋ ਸਾਂਗ ਬਣਾਉਂਦੇ ਸਨ। ਫਿਰ ਡਿੱਗ ਪਏ ਜਾਦੂਗਰ ਸਜਦੇ ਕਰਦੇ, ਆਖਿਓ ਨੇ ਅਸਾਂ ਮੰਨ ਲਿਆ ਸਾਰੇ ਜੱਗ ਦੇ ਰੱਬ ਨੂੰ, ਮੂਸਾ ਤੇ ਹਾਰੂਨ ਦੇ ਰੱਬ ਨੂੰ। ਫਿਰ ਉਹ ਆਖਿਆ ਸੋ ਮੰਨ ਲਿਆ ਜੇ ਉਹਨੂੰ ਪਹਿਲੇ ਇਸ ਦੀ ਜੋ ਮੈਂ ਹੁਕਮ ਦਿਆਂ ਤੁਹਾਨੂੰ, ਜ਼ਰੂਰ ਉਹ ਵੱਡਾ ਹੈ ਤੁਹਾਡਾ ਜਿਹਨੇ ਸਿਖਾਇਆ ਤੁਹਾਨੂੰ ਜਾਦੂ। ਹੁਣ ਅੱਗੋਂ ਜਾਣ ਲਓਗੇ, ਜ਼ਰੂਰ ਮੈਂ ਵੱਢ ਦਿਆਂਗਾ ਹੱਥ ਤੁਸਾਂ ਦੇ ਅਤੇ ਪੈਰ ਤੁਸਾਂ ਦੇ ਉਲਟੇ ਦਾਓ, ਅਤੇ ਜ਼ਰੂਰ ਮੈਂ ਸੂਲੀ ਦਿਆਂਗਾ ਤੁਹਾਨੂੰ ਸਾਰਿਆਂ ਨੂੰ। ਆਖਿਓ ਉਹਨੇ ਕੁਝ ਨਹੀਂ ਵਿਗੜਦਾ, ਅਸਾਂ ਆਪਣੇ ਰੱਬੀ ਵੱਲ ਮੁੜ ਜਾਣਾ ਹੈ। ਅਸੀਂ ਇਹੋ ਗਰਜ਼ ਰੱਖਦੇ ਹਾਂ ਜੋ ਬਖਸ਼ੇ ਸਾਨੂੰ ਰੱਬ ਸਾਡਾ ਸਾਡੇ ਗੁਨਾਹ, ਇਸ ਵਾਸਤੇ ਜੋ ਅਸੀਂ ਹੋ ਗਏ ਹਾਂ ਪਹਿਲੇ ਇਮਾਨਦਾਰਾਂ ਦੇ। ਅਤੇ ਹੁਕਮ ਭੇਜਿਆ ਅਸਾਂ ਮੂਸਾ ਵੱਲ ਭਈ ਰਾਤੀ ਲੈ ਤੁਰੋ ਮੇਰੇ ਬੰਦਿਆਂ ਨੂੰ, ਜ਼ਰੂਰ ਤੁਹਾਡੇ ਮਗਰ ਪੈਣਗੇ। ਫਿਰ ਭੇਜੇ ਫਿਰਾਉਣ ਨੇ ਸ਼ਹਿਰਾਂ ਵਿੱਚ ਸਿਪਾਹੀ ਇਕੱਠੇ ਕਰਨ ਵਾਲੇ, ਅਖਵਾਹ ਭੇਜਿਆ ਜ਼ਰੂਰ ਇਹ ਬਣੀ ਇਸਰਾਈਲ ਇੱਕ ਟੋਲਾ ਨੇ ਥੋੜ੍ਹਿਆਂ ਦਾ, ਅਤੇ ਜ਼ਰੂਰ ਉਹਨਾਂ ਸਾਨੂੰ ਗੁੱਸਾ ਚਾੜ ਦਿੱਤਾ ਹੈ, ਅਤੇ ਜ਼ਰੂਰ ਅਸੀਂ ਸਾਰੇ ਖਤਰਾ ਮਹਿਸੂਸ ਕਰਦੇ ਹਾਂ। ਫਿਰ ਕੱਢਿਆ ਅਸਾਂ ਫਿਰਾਉਣੀਆਂ ਨੂੰ ਉਹਨਾਂ ਦੇ ਬਾਗਾਂ ਅਤੇ ਚਸ਼ਮਿਆਂ ਵਿੱਚੋਂ, ਖਜ਼ਾਨਿਆਂ ਅਤੇ ਸੋਹਣਿਆਂ ਘਰਾਂ ਵਿੱਚੋਂ। ਇੱਧਰ ਇਹ ਹੋਇਆ ਅਤੇ ਉੱਧਰ ਵਾਰਿਸ ਬਣਾਇਆ ਅਸਾਂ ਇਹਨਾਂ ਚੀਜ਼ਾਂ ਦਾ ਬਣੀ ਇਸਰਾਈਲ ਨੂੰ। ਫਿਰ ਮਗਰ ਪਏ ਉਹਨਾਂ ਦੇ ਸੂਰਜ ਨਿਕਲਦਿਆਂ। ਫਿਰ ਜਦ ਇੱਕ ਦੂਜੇ ਨੂੰ ਵੇਖ ਲਿਆ ਦੋਵਾਂ ਟੋਲਿਆਂ ਨੇ, ਆਖਿਆ ਮੂਸਾ ਦੇ ਯਾਰਾਂ ਨੇ ਜ਼ਰੂਰ ਅਸੀਂ ਪਕੜੇ ਗਏ। ਆਖਿਆ ਉਸ ਇੰਝ ਨਹੀਂ, ਜ਼ਰੂਰ ਮੇਰੇ ਨਾਲ ਰੱਬ ਮੇਰਾ ਹੁਣੇ ਮੈਨੂੰ ਰਾਹ ਦੱਸੇਗਾ। ਹੁਕਮ ਭੇਜਿਆ ਅਸਾਂ ਮੂਸਾ ਵੱਲ ਭਈ ਮਾਰ ਸੋਟੀ ਆਪਣੀ ਦਰਿਆ ਨੂੰ। ਫਿਰ ਪਾਟ ਗਿਆ, ਫਿਰ ਹੋ ਗਈ ਹਰ ਫਾਂਗ ਬੜੇ ਪਹਾੜ ਵਾਂਗੂ। ਨੇੜੇ ਕਰ ਦਿੱਤਾ ਅਸਾਂ ਉੱਥੇ ਦੂਜੇ ਗ੍ਰਹਿ ਨੂੰ ਵੀ, ਬਚਾ ਦਿੱਤਾ ਅਸਾਂ ਮੂਸਾ ਅਤੇ ਉਹਦੇ ਨਾਲ ਦਿਆਂ ਸਾਰਿਆਂ ਨੂੰ, ਡੋਬ ਦਿੱਤਾ ਅਸਾਂ ਦੂਸਰਿਆਂ ਨੂੰ। ਜ਼ਰੂਰ ਇਸ ਵਿੱਚ ਨਿਸ਼ਾਨੀ, ਅਤੇ ਨਹੀਂ ਹੈਣ ਬਹੁਤੇ ਉਹਨਾਂ ਵਿੱਚੋਂ ਮੰਨਣ ਵਾਲੇ, ਅਤੇ ਜ਼ਰੂਰ ਤੇਰਾ ਰੱਬ ਉਹੋ ਹੀ ਜ਼ਬਰਦਸਤ ਬਹੁਤ ਤਰਸ ਕਰਨ ਵਾਲਾ। ਅਤੇ ਪੜ੍ਹ ਉਹਨਾਂ ਅੱਗੇ ਖਬਰ ਇਬਰਾਹੀਮ ਦੀ, ਜਦ ਆਖਿਓ ਸੋ ਆਪਣੇ ਪਿਓ ਨੂੰ ਅਤੇ ਆਪਣੀ ਕੌਮ ਨੂੰ ਕੀ ਪੂਜਦੇ ਹੋ। ਆਖਿਓ ਨੇ ਅਸੀਂ ਪੂਜਦੇ ਹਾਂ ਬੁੱਤਾਂ ਨੂੰ, ਫਿਰ ਸਾਰਾ ਦਿਨ ਰਹਿੰਦੇ ਹਾਂ ਉਹਨਾਂ ਦੀ ਸੇਵਾ ਵਿੱਚ। ਆਖਿਓ ਸੂ ਭਲਾ ਸੁਣਦੇ ਨੇ ਆਵਾਜ਼ ਤੁਹਾਡੀ ਜਦ ਤੁਸੀਂ ਸੱਦਦੇ ਹੋ, ਨਫ਼ਾ ਦਿੰਦੇ ਨੇ ਤੁਹਾਨੂੰ ਜਾਂ ਵਿਗਾੜਦੇ ਨੇ ਕੁਝ ਤੁਹਾਡਾ। ਆਖਿਓ ਨੇ ਸਗੋਂ ਡਿੱਠੇ ਨੇ ਅਸਾਂ ਪਿਓ ਦਾਦੇ ਆਪਣੇ ਇਸੇ ਤਰ੍ਹਾਂ ਕਰਦੇ। ਆਖਿਓ ਸੂ ਭਲਾ ਅੱਖੀਂ ਖੋਲ੍ਹ ਕੇ ਵੇਖਿਆ ਜੇ ਜਿਸ ਨੂੰ ਪੂਜਦੇ ਰਹੇ ਹੋ, ਤੁਸੀਂ ਤੇ ਪਿਓ ਦਾਦੇ ਤੁਸਾਂ ਦੇ ਅਗਲੇ, ਸੋ ਜ਼ਰੂਰ ਉਹ ਤੇ ਵੈਰੀ ਨੇ ਮੇਰੇ, ਪਰ ਇੱਕ ਰੱਬ ਸਾਰੇ ਜੱਗ ਦਾ ਪੈਦਾ ਕੀਤਾ ਮੈਨੂੰ, ਸੋ ਉਹ ਮੈਨੂੰ ਰਾਹ ਦੱਸਦਾ ਹੈ, ਉਹ ਜਿਹੜਾ ਖਵਾਲਦਾ ਮੈਨੂੰ ਅਤੇ ਪਿਆਲਦਾ ਹੈ, ਅਤੇ ਜਦ ਮੈਂ ਬਿਮਾਰ ਹੋ ਜਾਂ ਤਾਂ ਉਹ ਚੰਗਾ ਕਰਦਾ ਮੈਨੂੰ, ਮਾਰੇਗਾ ਮੈਨੂੰ ਅਤੇ ਜਵਾਏਗਾ ਮੈਨੂੰ, ਉਹ ਜਿਸ ਤੋਂ ਮੈਂ ਉਮੀਦ ਰੱਖਣਾ, ਜੋ ਬਖਸ਼ੇ ਮੈਨੂੰ ਤਕਸੀਰ ਮੇਰੀ ਕੀਤਾ ਪਾਣੇ ਦੇ ਦਿਨ। ਮੇਰਿਆ ਰੱਬਾ ਦੇ ਮੈਨੂੰ ਹੁਕਮ ਅਤੇ ਮਿਲਾ ਮੈਨੂੰ ਨੇਕ ਬਖਤਾਂ ਨਾਲ, ਕਰ ਮੇਰੀ ਨੇਕ ਨਾਮੀ ਸੱਚੀ ਪਿਛਲਿਆਂ ਆਉਣ ਵਾਲਿਆਂ ਵਿੱਚ, ਕਰ ਮੈਨੂੰ ਨੇਮਤਾਂ ਦੇ ਬਹਿਸ਼ਤ ਦੇ ਵਾਰਸਾਂ ਵਿੱਚੋਂ, ਬਖਸ਼ ਲੈ ਮੇਰੇ ਪਿਓ ਨੂੰ, ਜ਼ਰੂਰ ਉਹ ਸੀ ਰਾਹ ਭੁੱਲਿਆ ਹੋਇਆਂ ਵਿੱਚੋਂ, ਅਤੇ ਖੁਆਰ ਨਾ ਕਰੀ ਮੈਨੂੰ ਜਿਸ ਦਿਨ ਲੋਕ ਉੱਠਣਗੇ, ਜਿਸ ਦਿਨ ਨਾ ਨਫ਼ਾ ਦੇਗਾ ਮਾਲ ਅਤੇ ਨਾ ਪੁੱਤਰ, ਪਰ ਜਿਹੜਾ ਆਇਆ ਅੱਲਾਹ ਕੋਲ ਬੇਰੋਗ ਦਿਲ ਲੈ ਕੇ, ਅਤੇ ਨੇੜੇ ਕੀਤਾ ਜਾਏਗਾ ਬਹਿਸ਼ਤ ਬਚ ਕੇ ਤੁਰਨ ਵਾਲਿਆਂ ਵਾਸਤੇ, ਅਤੇ ਜ਼ਾਹਿਰ ਕੀਤਾ ਜਾਏਗਾ ਦੋਜ਼ਖ ਬੇਹਦਾਇਤਾਂ ਲਈ। ਅਤੇ ਆਖਿਆ ਜਾਏਗਾ ਉਹਨਾਂ ਨੂੰ, ਕਿੱਥੇ ਨੇ ਜਿਹਨਾਂ ਨੂੰ ਤੁਸੀਂ ਪੂਜਦੇ ਰਹੇ ਸੋ, ਸਵਾ ਅੱਲਾ ਦੇ, ਭਲਾ ਕੁਝ ਮਦਦ ਕਰਦੇ ਨੇ ਤੁਹਾਡੀ ਜਾਂ ਬਦਲਾ ਲੈ ਸਕਦੇ ਨੇ ਉਹ ਮਾਬੂਦ ਅਤੇ ਸਾਰੇ ਬੇਹਦਾਇਤੇ। ਫਿਰ ਮੂਧੇ ਸੁੱਟੇ ਜਾਣਗੇ ਉਸ ਵਿੱਚ, ਅਤੇ ਫੌਜਾਂ ਸ਼ੈਤਾਨ ਦੀਆਂ ਸਾਰੀਆਂ। ਆਖਿਓ ਨੇ ਆਪੇ ਵਿੱਚ ਉੱਥੇ ਝਗੜਦਿਆਂ, ਸੋ ਅੱਲਾ ਦੀ ਜ਼ਰੂਰ ਅਸੀਂ ਸਾਂ ਸਾਫ ਕੋਰਾਏ ਪਏ ਹੋਏ, ਜਦ ਬਰਾਬਰ ਕਰਦੇ ਸਾਂ ਤੁਹਾਨੂੰ ਸਾਰੇ ਜੱਗ ਦੇ ਰੱਬ ਦੇ, ਅਤੇ ਨਾ ਰਾਹ ਮਾਰਿਆ ਸਾਡਾ ਪਰ ਪਾਪੀਆਂ ਨੇ। ਫਿਰ ਨਹੀਂ ਸਾਡੇ ਕੋਈ ਸ਼ਫਾਅਤ ਕਰਨ ਵਾਲੇ ਨਾ ਕੋਈ ਯਾਰ ਦਰਦੀ, ਸੋ ਜੇ ਕਿਸੇ ਤਰ੍ਹਾਂ ਮਿਲੇ ਸਾਨੂੰ ਫਿਰ ਜਾਣਾ ਤਾਂ ਅਸੀਂ ਹੋਵੀਏ ਮੰਨਣ ਵਾਲਿਆਂ ਵਿੱਚੋਂ, ਜ਼ਰੂਰ ਇਸ ਵਿੱਚ ਹੀ ਨਿਸ਼ਾਨੀ, ਅਤੇ ਨਹੀਂ ਹੈਣ ਬਹੁਤੇ ਉਹਨਾਂ ਵਿੱਚੋਂ ਮੰਨਣ ਵਾਲੇ, ਅਤੇ ਜ਼ਰੂਰ ਤੇਰਾ ਰੱਬ ਉਹੋ ਹੈ ਜ਼ਬਰਦਸਤ ਬਹੁਤ ਤਰਸ ਕਰਨ ਵਾਲਾ। ਝੁਟਲਾਇਆ ਨੂਹ ਦੀ ਕੌਮ ਨੇ ਪੈਗੰਬਰਾਂ ਨੂੰ, ਜਦ ਆਖਿਆ ਉਹਨਾਂ ਨੂੰ ਭਰਾ ਉਹਨਾਂ ਦੇ ਨੂਹ ਨੇ, ਕਿਉਂ ਨਹੀਂ ਡਰਦੇ ਹੋ, ਜ਼ਰੂਰ ਮੈਂ ਤੁਸਾਂ ਲਈ ਪੈਗਾਮ ਲਿਆਉਣ ਵਾਲਾ ਮਾਨਤੀ, ਸੋ ਡਰੋ ਅੱਲਾ ਤੋਂ ਅਤੇ ਆਖੇ ਲੱਗ ਜਾਓ ਮੇਰੇ, ਮੈਂ ਨਹੀਂ ਮੰਗਦਾ ਤੁਸਾਂ ਤੋਂ ਇਸ ਉੱਤੇ ਕੁਝ ਮਜ਼ਦੂਰੀ, ਨਹੀਂ ਮਜ਼ਦੂਰੀ ਮੇਰੀ ਪਰ ਜ਼ਿੰਮੇ ਸਾਰੇ ਜੱਗ ਦੇ ਰੱਬ ਦੇ, ਸੋ ਡਰੋ ਅੱਲਾ ਤੋਂ ਅਤੇ ਆਖੇ ਲੱਗ ਜਾਓ ਮੇਰੇ। ਆਖਿਓ ਨੇ ਭਲਾ ਮੰਨ ਲਈਏ ਅਸੀਂ ਤੈਨੂੰ,
ਨਾਲੇ ਮਗਰ ਲੱਗ ਰਹੇ ਨੇ ਤੇਰੇ ਕੰਮੀ ਲੋਕ। ਆਖਿਓ ਸੂ ਤੇ ਕਿਸ ਕੰਮ ਏ ਮੇਰਾ ਜਾਣਨਾ, ਜੋ ਕੰਮ ਕਾਜ ਉਹ ਕਰਦੇ ਹੁੰਦੇ ਨੇ, ਨਹੀਂ ਹੈ ਦੇਖਾ ਲੈਣਾ ਉਹਨਾਂ ਦਾ, ਪਰ ਜਿਵੇਂ ਮੇਰੇ ਰੱਬ ਦੇ ਜੋ ਸਮਝਦੇ ਹੋ, ਤੇ ਨਹੀਂ ਮੈਂ ਕੱਢ ਦੇਣ ਵਾਲਾ ਜਿਹੜੇ ਇਮਾਨ ਲਿਆਏ ਨੇ, ਨਹੀਂ ਹਾਂ ਮੈਂ ਪਰ ਡਰਾਉਣ ਵਾਲਾ ਸਾਫ਼ ਬਿਆਨ ਕਰਕੇ। ਆਖਿਓ ਨੇ ਜੇ ਨਾ ਵਰਜਿਆ ਰਹੇਗਾ ਇਹ ਨੂੰ ਤਾਂ ਜ਼ਰੂਰ ਤੂੰ ਹੋ ਜਾਏਗਾ ਵੱਟੇ ਖਾ ਖਾ ਕੇ ਮਰਨ ਜੋਗਾ। ਆਖਿਓ ਤੂੰ ਮੇਰੇ ਰੱਬਾ, ਜ਼ਰੂਰ ਮੇਰੀ ਕੌਮ ਨੇ ਜਿਠਲਾਇਆ ਮੈਨੂੰ, ਉਹ ਫੈਸਲਾ ਕਰ ਮੇਰੇ ਵਿੱਚ ਅਤੇ ਉਹਨਾਂ ਵਿੱਚ ਪੂਰਾ ਫੈਸਲਾ, ਅਤੇ ਨਜਾਤ ਦੇ ਮੈਨੂੰ ਅਤੇ ਮੇਰੇ ਨਾਲ ਦਿਆਂ ਇਮਾਨਦਾਰਾਂ ਨੂੰ। ਫਿਰ ਬਚਾ ਦਿੱਤਾ ਸਾਂ ਉਹਨੂੰ ਅਤੇ ਉਹਦੇ ਨਾਲ ਦਿਆਂ ਨੂੰ ਭਰੀ ਹੋਈ ਬੇੜੀ ਵਿੱਚ, ਫਿਰ ਡੋਬ ਦਿੱਤਾ ਸਾਂ ਪਿੱਛੋਂ ਬਾਕੀ ਦਿਆਂ ਨੂੰ। ਜ਼ਰੂਰ ਇਸ ਵਿੱਚ ਨਿਸ਼ਾਨੀ ਹੈ, ਅਤੇ ਨਹੀਂ ਹੈ ਬਹੁਤੇ ਉਹਨਾਂ ਵਿੱਚੋਂ ਮੰਨਣ ਵਾਲੇ, ਅਤੇ ਜ਼ਰੂਰ ਤੇਰਾ ਰੱਬ ਉਹੋ ਹੀ ਹੈ ਜ਼ੋਰਾਵਰ ਬਹੁਤ ਤਰਸ ਕਰਨ ਵਾਲਾ। ਪਿਛਲਾਇਆ ਆਦ ਨੇ ਪੈਗੰਬਰਾਂ ਨੂੰ, ਜਦ ਆਖਿਆ ਉਹਨਾਂ ਨੂੰ ਭਰਾ ਉਹਨਾਂ ਦੇ ਹੂਦ ਨੇ, ਕਿਉਂ ਨਹੀਂ ਡਰਦੇ ਹੋ, ਜ਼ਰੂਰ ਮੈਂ ਤੁਸਾਂ ਲਈ ਪੈਗਾਮ ਲਿਆਉਣ ਵਾਲਾ ਅਮਾਨਤੀ, ਸੋ ਡਰੋ ਅੱਲਾ ਤੋਂ ਅਤੇ ਆਖੇ ਲੱਗ ਜਾਓ ਮੇਰੇ। ਨਹੀਂ ਮੰਗਦਾ ਮੈਂ ਤੁਸਾਂ ਤੋਂ ਇਸ ਉੱਤੇ ਕੁਝ ਮਜ਼ਦੂਰੀ, ਨਹੀਂ ਮਜ਼ਦੂਰੀ ਮੇਰੀ ਪਰ ਜ਼ਿੰਮੇ ਸਾਰੇ ਜੱਗ ਦੇ ਰੱਬ ਦੇ। ਕਿਉਂ ਬਣਾਉਂਦੇ ਹੋ ਹਰ ਟਿੱਬੇ ਉੱਤੇ ਯਾਦਗਾਰ ਇਮਾਰਤ ਬੇਫਾਇਦਾ, ਬਣਾਉਂਦੇ ਹੋ ਪੱਕੇ ਮਹੱਲ ਜਿਉਂ ਤੁਸੀਂ ਸਦਾ ਇੱਥੇ ਰਹੋਗੇ, ਅਤੇ ਜਦ ਹੱਥ ਚਲਾਉਂਦੇ ਹੋ ਕਹਿਰ ਕਰਕੇ, ਸੋ ਬਚੋ ਅੱਲਾ ਤੋਂ ਅਤੇ ਆਖੇ ਲੱਗ ਜਾਓ ਮੇਰੇ, ਅਤੇ ਬਚੋ ਉਸ ਤੋਂ ਜਿਹਨੇ ਮਦਦ ਦਿੱਤੀ ਤੁਹਾਨੂੰ, ਜੋ ਕੁਝ ਤੁਸੀਂ ਜਾਣਦੇ ਹੋ। ਮਦਦ ਦਿੱਤੀ ਸੂ ਤੁਹਾਨੂੰ ਚੋਖਰਾਂ ਅਤੇ ਪੁੱਤਰਾਂ ਨਾਲ, ਅਤੇ ਬਾਗਾਂ ਅਤੇ ਚਸ਼ਮਿਆਂ ਨਾਲ। ਜ਼ਰੂਰ ਮੈਨੂੰ ਡਰ ਹੈ ਤੁਸਾਂ ਉੱਤੇ ਇੱਕ ਬੜੇ ਦਿਨ ਦੀ ਆਫ਼ਤ ਦਾ। ਆਖਿਓ ਨਾ ਇੱਕੋ ਜਿਹਾ ਸਾਡੇ ਲਈ, ਇਹ ਜੋ ਨਸੀਹਤ ਕਰੇ ਤੂੰ ਜਾਂ ਨਾ ਬਣੇ ਤੂੰ ਨਸੀਹਤ ਕਰਨ ਵਾਲਿਆਂ ਵਿੱਚੋਂ, ਨਹੀਂ ਇਹ ਪਰ ਆਦਤ ਅਗਲਿਆਂ ਦੀ, ਅਤੇ ਨਹੀਂ ਅਸਾਂ ਉੱਤੇ ਆਫ਼ਤ ਆਉਣ ਵਾਲੀ। ਫਿਰ ਚੁਠਲਾਈਓ ਨੇ ਉਹਨੂੰ ਤਾਂ ਬਰਬਾਦ ਕਰ ਦਿੱਤਾ ਅਸਾਂ ਉਹਨਾਂ ਨੂੰ, ਜ਼ਰੂਰ ਇਸ ਵਿੱਚ ਨਿਸ਼ਾਨੀ, ਅਤੇ ਨਹੀਂ ਹੈ ਬਹੁਤੇ ਉਹਨਾਂ ਵਿੱਚੋਂ ਮੰਨਣ ਵਾਲੇ, ਅਤੇ ਜ਼ਰੂਰ ਤੇਰਾ ਰੱਬ ਉਹੋ ਹੀ ਹੈ ਜ਼ੋਰਾਵਰ ਮਿਹਰਬਾਨ। ਚੁਠਲਾਇਆ ਸਮੂਦ ਨੇ ਪੈਗੰਬਰਾਂ ਨੂੰ, ਜਦ ਆਖਿਆ ਉਹਨਾਂ ਨੂੰ ਭਰਾ ਉਹਨਾਂ ਦੇ ਸਾਹਲੇ ਨੇ, ਕਿਉਂ ਨਹੀਂ ਬਚਦੇ ਹੋ, ਜ਼ਰੂਰ ਮੈਂ ਹਾਂ ਤੁਸਾਂ ਲਈ ਪੈਗਾਮ ਲਿਆਉਣ ਵਾਲਾ ਅਮਾਨਤੀ, ਸੋ ਬਚੋ ਅੱਲਾ ਤੋਂ ਅਤੇ ਆਖੇ ਲੱਗ ਜਾਓ ਮੇਰੇ, ਅਤੇ ਨਹੀਂ ਮੰਗਦਾ ਮੈਂ ਤੁਸਾਂ ਤੋਂ ਇਸ ਉੱਤੇ ਕੁਝ ਮਜ਼ਦੂਰੀ, ਨਹੀਂ ਮਜ਼ਦੂਰੀ ਮੇਰੀ ਪਰ ਜ਼ਿੰਮੇ ਸਾਰੇ ਜੱਗ ਦੇ ਰੱਬ ਦੇ। ਭਲਾ ਛੁੱਟੇ ਫਿਰੋਗੇ ਇੱਥੋਂ ਦੀਆਂ ਚੀਜ਼ਾਂ ਦੇ ਵਿਚਕਾਰ ਡਰ ਲਾ ਕੇ, ਬਾਗਾਂ ਅਤੇ ਚਸ਼ਮਿਆਂ ਵਿੱਚ, ਪੈਲੀਆਂ ਅਤੇ ਖਜੂਰਾਂ ਵਿੱਚ ਜਿਨ੍ਹਾਂ ਦੇ ਖੋਸ਼ੇ ਰਸ ਭਰੇ ਨੇ, ਅਤੇ ਉੱਕਰ ਕੇ ਬਣਾਉਂਦੇ ਹੋ ਪਹਾੜਾਂ ਦੇ ਘਰ ਬੜੀ ਉਸਤਾਦੀ ਕਰਕੇ, ਬਚੋ ਅੱਲਾ ਤੋਂ ਅਤੇ ਆਖੇ ਲੱਗ ਜਾਓ ਮੇਰੇ। ਨਾ ਮੰਨੋ ਹੁਕਮ ਹੱਦੋਂ ਲੰਘਣ ਵਾਲਿਆਂ ਦਾ, ਜਿਹੜੇ ਵਿਗਾੜ ਪਾਉਂਦੇ ਨੇ ਜ਼ਮੀਨ ਵਿੱਚ, ਅਤੇ ਨਹੀਂ ਕੁਝ ਸਵਾਰਦੇ। ਆਖਿਓ ਨੇ ਤੂੰ ਮੇਰਾ ਜਾਦੂ ਦੀਆਂ ਮਾਰਿਆਂ ਵਿੱਚੋਂ ਹੈ, ਨਹੀਂ ਹੈ ਤੂੰ ਪਰ ਆਦਮੀ ਸਾਡੇ ਜਿਹਾ, ਸੋ ਲਿਆ ਕੋਈ ਨਿਸ਼ਾਨੀ ਜੇ ਤੂੰ ਇਹ ਸੱਚਿਆਂ ਵਿੱਚੋਂ। ਆਖਿਓ ਸੂ ਇਹ ਊਠਣੀ ਹੈ, ਇਸ ਦੀ ਪਾਣੀ ਪੀਣ ਦੀ ਵਾਰੀ ਹੈ ਅਤੇ ਤੁਸਾਂ ਦੇ ਪੀਣ ਦੀ ਵਾਰੀ ਹੈ ਇੱਕ ਦਿਨ ਮਾਲੂਮ ਦੀ। ਹੱਥ ਨਾ ਲਾਈਓ ਇਸ ਨੂੰ ਬੁਰੀ ਤਰ੍ਹਾਂ ਨਾਲ, ਫਿਰ ਪਕੜੇਗੀ ਤੁਹਾਨੂੰ ਆਫ਼ਤ ਇੱਕ ਬੜੇ ਦਿਨ ਦੀ। ਫਿਰ ਖੁਛ ਵੱਢ ਦਿੱਤੀ ਉਹਨੇ ਉਹਦੀ, ਫਿਰ ਹੋ ਗਏ ਪਸ਼ੇਮਾਨ, ਫਿਰ ਫੜਿਆ ਉਹਨਾਂ ਨੂੰ ਅਜ਼ਾਬ ਨੇ, ਜ਼ਰੂਰ ਇਸ ਵਿੱਚ ਨਿਸ਼ਾਨੀ ਅਤੇ ਨਹੀਂ ਹੈ ਬਹੁਤੇ ਉਹਨਾਂ ਵਿੱਚੋਂ ਮੰਨਣ ਵਾਲੇ, ਜ਼ਰੂਰ ਤੇਰਾ ਰੱਬ ਉਹੋ ਹੀ ਹੈ ਜ਼ੋਰਾਵਰ ਮਿਹਰਬਾਨ। ਠਲਾਇਆ ਲੂਤ ਦੀ ਕੌਮ ਨੇ ਪੈਗੰਬਰਾਂ ਨੂੰ, ਜਦ ਆਖਿਆ ਉਹਨਾਂ ਨੂੰ ਭਰਾ ਉਹਨਾਂ ਦੇ ਲੂਤ ਨੇ, ਕਿਉਂ ਨਹੀਂ ਡਰਦੇ ਹੋ, ਜ਼ਰੂਰ ਮੈਂ ਹਾਂ ਤੁਸਾਂ ਦੀ ਪੈਗਾਮ ਲਿਆਉਣ ਵਾਲਾ ਅਮਾਨਤੀ, ਬਚੋ ਅੱਲਾ ਤੋਂ ਅਤੇ ਆਖੇ ਲੱਗ ਜਾਓ ਮੇਰੇ, ਅਤੇ ਨਹੀਂ ਮੰਗਦਾ ਮੈਂ ਤੁਸਾਂ ਤੋਂ ਇਸ ਉੱਤੇ ਕੁਝ ਮਜ਼ਦੂਰੀ, ਨਹੀਂ ਮਜ਼ਦੂਰੀ ਮੇਰੀ ਪਰ ਜ਼ਿੰਮੇ ਸਾਰੇ ਜੱਗ ਦੇ ਰੱਬ ਦੇ। ਕਿਉਂ ਜਾਂਦੇ ਹੋ ਮਰਦਾਂ ਕੋਲ ਸਾਰੇ ਜੱਗ ਵਿੱਚੋਂ ਛੱਡ ਕੇ, ਪੈਦਾ ਕੀਤੀਆਂ ਤੁਸਾਂ ਲਈ ਤੁਹਾਡੇ ਰੱਬ ਨੇ ਬੀਵੀਆਂ ਤੁਹਾਡੀਆਂ, ਸਗੋਂ ਤੁਸੀਂ ਲੋਕ ਹੱਦੋਂ ਲੰਘਣ ਵਾਲੇ। ਆਖਿਓ ਨੇ ਜੇ ਨਾ ਵਰਜਿਆ ਰਹੇਗਾ ਐ ਲੂਤ ਤਾਂ ਹੋ ਜਾਏਗਾ ਤੂੰ ਕੱਢ ਦਿੱਤਿਆਂ ਹੋਇਆਂ ਵਿੱਚੋਂ। ਆਖਿਓ ਸੂ ਮੈਂ ਜ਼ਰੂਰ ਤੁਹਾਡੇ ਕਰਤੂਤ ਨੂੰ ਬਹੁਤ ਬੁਰਾ ਜਾਣਨ ਵਾਲਿਆਂ ਵਿੱਚੋਂ, ਮੇਰੇ ਰੱਬਾ ਬਚਾ ਮੈਨੂੰ ਅਤੇ ਮੇਰੇ ਕਰਦਿਆਂ ਨੂੰ ਉਸ ਕੰਮ ਦੀ ਸਜ਼ਾਉਂ ਜੋ ਇਹ ਕਰਦੇ ਨੇ। ਫਿਰ ਬਚਾ ਦਿੱਤਾ ਸਾਂ ਉਹਨੂੰ ਅਤੇ ਉਹਦੇ ਘਰਦਿਆਂ ਸਾਰਿਆਂ ਨੂੰ, ਪਰ ਇੱਕ ਬੁੱਢੀ ਨੂੰ ਪਿੱਛੇ ਰਹਿਣ ਵਾਲਿਆਂ ਵਿੱਚ ਦੀ। ਫਿਰ ਪੁੱਟ ਸੁੱਟਿਆ ਸਾਂ ਹੋਰਨਾਂ ਨੂੰ ਅਤੇ ਵਰਾਇਆ ਸਾਂ ਉਹਨਾਂ ਉੱਤੇ ਇੱਕ ਮੀਂਹ ਪੱਥਰਾਂ ਦਾ, ਸੋ ਕਿਆ ਬੁਰਾ ਸੀ ਮੀਂਹ ਡਰਾਇਆ ਗਿਆਂ ਦਾ, ਜ਼ਰੂਰ ਇਸ ਵਿੱਚ ਹੀ ਨਿਸ਼ਾਨੀ।
ਤੇ ਨਹੀਂ ਹਨ ਬਹੁਤੇ ਉਹਨਾਂ ਵਿੱਚੋਂ ਮੰਨਣ ਵਾਲੇ ਜ਼ਰੂਰ ਤੇਰਾ ਰੱਬ ਉਹ ਹੀ ਹੈ ਜ਼ੋਰਾਵਰ ਮਿਹਰਬਾਨ ਫਲਾਇਆ ਏਕਾ ਯਾਨੀ ਚੰਗੀ ਵਾਲਿਆਂ ਨੇ ਪੈਗੰਬਰਾਂ ਨੂੰ ਜਦ ਆਖਿਆ ਉਹਨਾਂ ਨੂੰ ਸ਼ੁਐਬ ਨੇ ਕਿਉਂ ਨਹੀਂ ਬਚਦੇ ਹੋ ਜ਼ਰੂਰ ਮੈਂ ਤੁਸਾਂ ਲਈ ਪੈਗਾਮ ਲਿਆਉਣ ਵਾਲਾ ਅਮਾਨਤੀ ਤੋਂ ਬਚੋ ਅੱਲਾ ਤੋਂ ਤੇ ਆਖੇ ਲੱਗ ਜਾਓ ਮੇਰੇ ਤੇ ਨਹੀਂ ਮੰਗਦਾ ਮੈਂ ਤੁਸਾਂ ਤੋਂ ਇਸ ਉੱਤੇ ਕੁਝ ਮਜ਼ਦੂਰੀ ਨਹੀਂ ਮਜ਼ਦੂਰੀ ਮੇਰੀ ਪਰ ਜ਼ਿੰਮੇ ਸਾਰੇ ਜੱਗ ਦੇ ਰੱਬ ਦੇ ਪੂਰਾ ਭਰੋ ਟੋਪੇ ਨੂੰ ਤੇ ਨਾ ਬਣੋ ਘੱਟ ਦੇਣ ਵਾਲਿਆਂ ਵਿੱਚੋਂ ਤੇ ਤੋਲੋ ਸਿੱਧੀ ਤਰੱਕੜੀ ਨਾਲ ਤੇ ਨਾ ਘਟਾ ਦਿਓ ਲੋਕਾਂ ਨੂੰ ਚੀਜ਼ਾਂ ਉਹਨਾਂ ਦੀਆਂ ਤੇ ਨਾ ਫਿਰ ਉਹ ਜ਼ਮੀਨ 'ਚ ਵਿਗਾੜ ਪਾਉਂਦੇ ਬਚੋ ਉਸ ਤੋਂ ਜਿਨ ਪੈਦਾ ਕੀਤਾ ਤੁਹਾਨੂੰ ਤੇ ਅਗਲੀ ਖਲਕਤ ਨੂੰ ਆਖਿਓ ਨੇ ਤੂੰ ਇਹ ਨਿਰਾ ਜਾਦੂ ਦਿਆਂ ਮਾਰਿਆਂ ਵਿੱਚੋਂ ਤੇ ਨਹੀਂ ਇਹ ਤੂੰ ਪਰ ਆਦਮੀ ਸਾਡੇ ਜਿਹਾ ਤੇ ਜ਼ਰੂਰ ਅਸੀਂ ਗੁਮਾਨ ਕਰਨੇ ਤੈਨੂੰ ਝੂਠਿਆਂ ਵਿੱਚੋਂ ਸੋ ਡੇਗਦੇ ਅਸਾਂ ਉੱਤੇ ਕੋਈ ਟੁਕੜਾ ਅਸਮਾਨ ਦਾ ਜੇ ਤੂੰ ਇਹ ਸੱਚਿਆਂ ਵਿੱਚੋਂ ਆਖਿਓ ਸੂ ਮੇਰਾ ਰੱਬ ਖੂਬ ਜਾਣਦਾ ਜੋ ਕਰਦੇ ਹੋ ਫਿਰ ਝੁਠਲਾਇਓ ਨੇ ਉਹਨੂੰ ਫਿਰ ਪਕੜਿਆ ਉਹਨਾਂ ਨੂੰ ਸਾਹਿਬਾਨ ਵਾਲੇ ਦਿਨ ਦੇ ਅਜ਼ਾਬ ਨੇ ਜ਼ਰੂਰ ਉਹ ਸੀ ਅਜ਼ਾਬ ਬੜੇ ਦਿਨ ਦਾ ਜ਼ਰੂਰ ਇਸ ਵਿੱਚ ਹੀ ਨਿਸ਼ਾਨੀ ਤੇ ਨਹੀਂ ਹੈਣ ਬਹੁਤੇ ਉਹਨਾਂ ਵਿੱਚੋਂ ਮੰਨਣ ਵਾਲੇ ਤੇ ਜ਼ਰੂਰ ਤੇਰਾ ਰੱਬ ਉਹ ਹੀ ਹੈ ਜ਼ੋਰਾਵਰ ਮਿਹਰਬਾਨ ਤੇ ਜ਼ਰੂਰ ਇਹ ਕੁਰਾਨ ਉਤਾਰਿਆ ਹੋਇਆ ਹੈ ਸਾਰੇ ਜੱਗ ਦੇ ਰੱਬ ਦਾ ਉਤਰਿਆ ਲੈ ਕੇ ਉਹਨੂੰ ਰੂਹ ਅਮਾਨਤਦਾਰ ਯਾਨੀ ਜਬਰੀਲ ਤੇਰੇ ਦਿਲ ਉੱਤੇ ਤਾਂ ਹੋ ਜਾਏ ਤੂੰ ਡਰ ਸੁਣਾਉਣ ਵਾਲਿਆਂ ਵਿੱਚੋਂ ਸਾਫ ਸਾਫ ਅਰਬੀ ਬੋਲੀ ਵਿੱਚ ਤੇ ਜ਼ਰੂਰ ਇਸ ਦੀ ਖਬਰ ਲਿਖੀ ਹੈ ਪਹਿਲੀਆਂ ਕਿਤਾਬਾਂ ਵਿੱਚ ਕਿਉਂ ਤੇ ਨਹੀਂ ਹੈ ਉਹਨਾਂ ਲਈ ਨਿਸ਼ਾਨੀ ਹੈ ਜੋ ਜਾਣਦੇ ਨੇ ਉਸ ਨੂੰ ਪੜ੍ਹੇ ਹੋਏ ਬਣੀ ਇਸਰਾਈਲ ਵਿੱਚੋਂ ਜੇ ਕਦੀ ਅਸੀਂ ਉਤਾਰਦੇ ਕਿਸੇ ਓਪਰੀ ਬੋਲੀ ਵਾਲੇ ਉੱਤੇ ਫਿਰ ਪੜ੍ਹਦਾ ਇਸ ਨੂੰ ਉਹਨਾਂ ਅੱਗੇ ਤਾਂ ਵੀ ਨਹੀਂ ਸਾਣੇ ਇਸ ਨੂੰ ਮੰਨਣਾ ਇਸੇ ਤਰ੍ਹਾਂ ਅਸਾਂ ਇਹ ਗੁਜ਼ਾਰਿਆ ਹੀ ਪਾਪੀਆਂ ਦੇ ਦਿਲਾਂ ਵਿੱਚ ਨਹੀਂ ਮੰਨਦੇ ਇਸ ਨੂੰ ਜਦ ਤੱਕ ਨਾ ਵੇਖਣ ਦੁੱਖ ਦੀ ਮਾਰ ਜਦ ਫਿਰ ਪਹੁੰਚੇਗੀ ਉਹਨਾਂ ਨੂੰ ਅਚਾਨਕ ਤੇ ਉਹਨਾਂ ਨੂੰ ਸੁਰਤ ਵੀ ਨਹੀਂ ਹੋਏਗੀ ਫਿਰ ਆਖਣਗੇ ਭਲਾ ਸਾਨੂੰ ਕੁਝ ਢਿੱਲ ਵੀ ਮਿਲੇਗੀ ਕਿਉਂ ਫਿਰ ਸਾਡਾ ਅਜ਼ਾਬ ਸ਼ਿਤਾਬੀ ਮੰਗਦੇ ਨੇ ਭਲਾ ਫਿਰ ਦੱਸ ਖਾਂ ਮੈਨੂੰ ਜੇ ਖਾਨ ਹੈਰਾਨ ਨੂੰ ਦੇਈ ਅਸੀਂ ਉਹਨਾਂ ਨੂੰ ਕਈ ਵਰੇ ਫਿਰ ਆ ਜਾਏ ਉਹਨਾਂ ਨੂੰ ਜਿਸ ਅਜ਼ਾਬ ਦਾ ਵਾਅਦਾ ਮਿਲਦਾ ਨੇ ਕਿਸ ਕੰਮ ਆਵੇਗਾ ਉਹਨਾਂ ਦੇ ਇਤਨਾ ਖਾਂਦਿਆਂ ਹੰਡਾਉਂਦਿਆਂ ਰਹਿਣਾ ਤੇ ਨਹੀਂ ਬਰਬਾਦ ਕੀਤੀ ਅਸਾਂ ਕੋਈ ਬਸਤੀ ਪਰ ਹੈ ਸਨ ਉਹਨੂੰ ਡਰਾਉਣ ਵਾਲੇ ਖਬਰਦਾਰ ਕਰਾਉਣੇ ਵਾਸਤੇ ਤੇ ਨਹੀਂ ਹਾਂ ਅਸੀਂ ਜ਼ੁਲਮ ਕਰਨ ਵਾਲੇ ਨਹੀਂ ਲੈ ਉਤਰੇ ਇਸ ਕੁਰਾਨ ਨੂੰ ਪੂਤਨੇ ਨਾ ਇਹ ਕੰਮ ਹੈ ਉਹਨਾਂ ਦਾ ਤੇ ਨਹੀਂ ਉਹਨਾਂ ਦੀ ਵਾਹ ਲੱਗਦੀ ਹੈ ਉਹ ਜ਼ਰੂਰ ਇਸ ਦੇ ਸੁਣਨੇ ਤੋਂ ਦੂਰ ਕੀਤੇ ਗਏ ਨੇ ਉਹ ਨਾ ਸੱਦੋ ਨਾਲ ਅੱਲਾ ਦੇ ਹੋਰ ਮਾਬੂਦ ਨੂੰ ਫਿਰ ਹੋ ਜਾਓਗੇ ਅਜ਼ਾਬ ਵਿੱਚ ਪਿਆ ਹੋਇਆ ਵਿੱਚੋਂ ਇਹ ਹਬੀਬ ਡਰਾਓ ਆਪਣੇ ਕੋਲਵੇਂ ਦਿਆਂ ਵਧੇਰੇ ਨੇੜਿਆਂ ਦੇ ਨੂੰ ਮਿਹਰਬਾਨੀ ਤੇ ਤਵਾਜ਼ੋ ਨਾਲ ਪੇਸ਼ ਆਓ ਜਿਹੜੇ ਇਮਾਨਦਾਰ ਤੇਰੇ ਤਾਬੇ ਹੋਏ ਨੇ ਫਿਰ ਜੇ ਬੇਫਰਮਾਨੀ ਕਰਨ ਤੇਰੀ ਤਾਂ ਆਖਦੇ ਜ਼ਰੂਰ ਮੈਂ ਅਲੱਗ ਹਾਂ ਉਸ ਕੰਮੋਂ ਜੋ ਕਰਦੇ ਹੋ ਭਰੋਸਾ ਕਰ ਜ਼ੋਰਾਵਰ ਮਿਹਰਬਾਨ ਉੱਤੇ ਜਿਹੜਾ ਵੇਖਦਾ ਤੈਨੂੰ ਜਦ ਉੱਠਣਾ ਹੈ ਰਾਤੀ ਤਹਾਜਤ ਪੜ੍ਹਨ ਲਈ ਤੇ ਵੇਖਦਾ ਫਿਰਨਾ ਤੇਰਾ ਨਮਾਜ਼ੀਆਂ ਵਿੱਚ ਜ਼ਰੂਰ ਉਹ ਹੀ ਇਹ ਸੁਣਦਾ ਜਾਣਦਾ ਭਲਾ ਮੈਂ ਦੱਸਾਂ ਤੁਹਾਨੂੰ ਕਿਸ ਉੱਤੇ ਉਤਰਦੇ ਨੇ ਸ਼ੈਤਾਨ ਉਤਰਦੇ ਨੇ ਹਰ ਇੱਕ ਬੜੇ ਤੂਫਾਨੀ ਮਹਾਂਪਾਪੀ ਉੱਤੇ ਪਿਆਰ ਸੁੱਟਦੇ ਨੇ ਸੁਣੀ ਸੁਣਾਈ ਗੱਲ ਤੇ ਬਹੁਤੇ ਉਹਨਾਂ ਵਿੱਚੋਂ ਝੂਠੇ ਨੇ ਸ਼ਾਇਰਾਂ ਦੇ ਮਗਰ ਤੁਰਦੇ ਨੇ ਗੁਮਰਾਹ ਲੋਕ ਭਲਾ ਤੂੰ ਨਹੀਂ ਡਿੱਠਾ ਜੋ ਉਹ ਹਰ ਇੱਕ ਜੰਗਲ ਵਿੱਚ ਹੈਰਾਨ ਹੋਏ ਫਿਰਦੇ ਨੇ ਜ਼ਰੂਰ ਉਹ ਆਖਦੇ ਨੇ ਜੋ ਆਪ ਨਹੀਂ ਕਰਦੇ ਪਰ ਜਿਨ੍ਹਾਂ ਮੰਨਿਆ ਤੇ ਕੀਤੀਆਂ ਭਲਿਆਈਆਂ ਤੇ ਯਾਦ ਕੀਤਾ ਅੱਲਾ ਨੂੰ ਬਹੁਤ ਤੇ ਬਦਲਾ ਲੈ ਲਿਆ ਪਿੱਛੇ ਇਸ ਦੇ ਜੋ ਉਹਨਾਂ ਉੱਤੇ ਜ਼ੁਲਮ ਹੋਇਆ ਤੇ ਹੁਣੇ ਜਾਣ ਲੈਣਗੇ ਜ਼ਾਲਮ ਕਿਹੜੇ ਮੁੜਨ ਦੇ ਥਾਂ ਮੁੜ ਜਾਣਗੇ।